ਪਰਿਵਾਰ ਬਾਲ ਭਾਵ ਉੱਤੇ ਪਲ ਭਾਵ ਉੱਤੇ ਵਾਹਿਮ ਤੋਂ ਆਪਣਾ ਅੰਦਾਜ਼ ਕਰੋ ਕਿਤੇ ਜਨਰ ਤੋਂ ਆਓ ਖੇਤੀ ਉੱਤੇ ਹੈ ਵਾਹਿਮ ਥੋੜੇ ਪਲ ਰਹੀ ਇਸ ਲਈ ਬਤਾਏ ਕਿ ਧਰਤੀ ਮਾਤਾ ਹੈ ਸਭ ਹੈ ਪਾਲਣ ਪੋਸ਼ਣ ਦੇ ਸਭ ਹੈ ਖਾਣਾ ਦੇ ਸੂਰਜ ਹੈ ਸਭ ਕੇ ਉੱਪਰ ਰੋਸ਼ਨੀ ਬਰਾਬਰ ਡਾਲ ਜੇ ਸਮਰਥ ਪਿਤਾ ਸਮਰਥ ਹੈ ਸਭ ਕੇ ਉੱਪਰ ਸਮਾਨ ਰੋਸ਼ਨੀ ਹੈ ਸਭ ਕੇ ਉੱਪਰ ਸਮਾਨ ਛਾਇਆ ਹੈ ਕੇਵ ਉੱਪਰ ਨਾ ਹਿਤ ਹੈ ਨਾ ਅਨਹਿਤ ਹੈ ਉਨਕੇ ਤੀਰ ਹੈ ਬਤਾ ਅੱਛਾ ਕੋਈ ਕਹਿ ਦੇ ਔਰ ਜਲ ਹੈ ਨਿਕਰੀਓ ਸਫਾਈ ਕਰਤੇ ਲੋਗੋ ਸਭ ਹੈ ਜੋ ਹੈ ਤੇਜ ਵਸੋ ਤਾਂ ਜੋ ਕੁਛ ਹੈ ਸਫਾ ਕਰਤੇ ਲੋਗੋ ਨਾ ਭਾਈ ਅੱਛੇ ਤੋਂ ਮਤਲਬ ਨਾ ਖਰਾਬ ਤੋਂ ਮਤਲਬ ਨਿਕਲੋ ਚਲੋਗੋ ਭਾਈ ਕੋਈ ਮਤਲਬ ਹੈ ਨਾ ਜੀ ਜੇ ਜੋ ਹੈ ਸਮਰਥ ਹੈ ਇਹਨੇ ਸਮਰਥ ਮਾਨੋ ਨਾ ਆਦਮੀ ਸਮਰਥ ਨਹੀਂ ਹੈ ਕਹੇ ਦੇ ਤਾਂ ਅੱਜ ਸਮਰਥ ਹੈ ਕਿਆ ਕੁਛ ਕਰਾਂ ਕਹੇ ਦੇ ਲੇਕਿਨ ਕਰਨਾ ਹੀ ਪਏ ਚਾਰ ਪੰਜ ਚੀਜ਼ਾਂ ਜੋ ਹੈ ਜੇ ਸਮਰਥ ਹੈ ਜੇ ਤੁਮਾਰੀ ਨਾ ਆਏ ਹੋ ਤੋ ਇੱਕ ਸਮਾਂ ਤਾਂ ਉਹਨੇ ਕਹੀ ਤੇ ਉਹਨੇ ਜਾ ਕਹੀ ਭਗਵਾਨ ਤਾਂ ਸਮਰਥ ਜਿਹਦਾ ਚਾਹ ਕੁਛ ਕਰਾਂ ਤੁਮੇ ਮੰਨ ਲਿਓ ਉਹਨੇ ਕਹਨਾ ਨਾਰਦ ਭਗਵਾਨ ਜਬ ਉਹਨੇ ਮੋਹਿਨੀ ਰੂਪ ਧਰੀ ਤੇ ਤਬ ਉਹਨੇ ਜਾ ਕਹੀ ਤੇ ਜੈ ਵਿਦ ਹੋਏ ਨਾ ਤੇ ਤਮੋਰਾ ਕਰੋ ਸੁਵੇਗ ਦਾਸ ਮੈਂ ਤੋਰਾ ਜਬ ਤੁਮਾਰੇ ਦਾਸ ਹਮ ਹੈ ਤਬ ਆਏ ਤੋ ਕਰੋ ਹਿਤ ਜੋ ਕਿ ਹਮਾ ਹਿਤ ਹੋਏ ਅਨਹਿਤ ਨਾ ਹੋਏ ਤਬ ਉਹਨੇ ਸੋਚੀ ਜਾ ਕਿ ਜੇ ਵਿਆਹ ਕਰਨੀ ਹੈ ਤਬ ਜੇ ਅਨਹਿਤ ਚਲੇ ਜਾਏ ਤਾਂ ਜੋ ਉਹਨੇ ਕਰੋ ਉਹਨੇ ਦੋਸ ਨਾ ਹੋਈ ਹੈ ਭਗਵਾਨ ਨੇ ਭਗਵਾਨ ਕੋ ਉਹਨੇ ਖੂਬ ਉਲਟੀ ਸੀ ਦੀ ਕਹੀ ਕਹੀ ਨਾਰਦ ਭਗਵਾਨ ਨੇ ਬਸ ਹਮਾ ਇਹਨ ਤਾਂ ਖੂਬ ਕਹੀ ਲੇਕਿਨ ਉਹਨੇ ਜਾ ਕੇ ਤੁਮੇ ਦੋਸਤ ਨਾ ਹੋਈ ਹੈ ਦਸਹਰਾ ਇੱਕ ਜਗ੍ਹਾ ਔਰ ਕਹਾ ਦੂਜਾ ਕਹਾ ਤੇ ਆਪਣੀ ਬਿਟੀਆ ਦੰਗਾ ਸਾਦੀ ਕਰੇ ਉਹਨੇ ਜੈਸੇ ਕਾਰਨਾ ਹੀ ਹੈ ਕਿ ਹਮ ਸਭ ਤਰੀਕਾ ਸਮਰਥ ਆਏ ਤਾਂ ਉਹਨੇ ਜਾ ਕੇ ਚਾਹੁੰਦੇ ਗੁਰੂ ਜੀ ਆਏ ਮਤਾਦ ਗੁਰੂ ਜੀ ਆਏ ਤਾਂ ਉਹਨੇ ਜਾ ਕੇ ਸਮਰਥ ਹੈ ਉਹ ਕਿਹਾ ਹਮ ਸਮਰਥ ਹਾਂ ਹਮਾਰੇ ਉੱਪਰ ਕੋ ਹੈ ਹਮਾਰੇ ਉੱਪਰ ਕੋਈ ਹੈ ਹੀ ਨਾ ਹੀ ਤਾਂ ਉਹਨੇ ਸਮਰਥ ਜੇ ਪੰਜ ਚੀਜ਼ਾਂ ਹੈ ਔਰ ਨਾ ਹੀ ਹੈ ਬੋ ਤੁਮ ਸਮਰਥ ਹੋਗਾ ਲੈਟਰੀਨ ਕੀ ਬਾਲਟੀ ਟਾਂਗੋ ਗੁਦੀ ਟਾਂਗੇ ਰਹੋ ਜੇ ਗੰਦਗੀ ਨਿਕਤ ਜਾਂ ਨਾ ਹੀ ਨਿਕਤ ਤੁਮ ਸਹਿਪਾਤ ਜਾਂ ਨਾ ਹੀ ਸਹਿਪਾਤ ਉਹਨੇ ਬਾਹਨੇ ਕਈ ਦੀ ਸਮਰਥ ਕੌਣ ਨਹੀਂ ਦੋਸਤ ਕੋ ਸਾਈ ਹਮ ਜੋ ਕਦ ਸੋ ਅੱਛੋ ਹੀ ਕਰ ਤਾਂ ਗੁਰੂ ਜੀ ਨੇ ਉਹਨਕੇ ਜੋ ਹੈ ਸਮਝਾਓ ਕਿ ਸਮਰਥ ਤੁਮ ਨਹੀਂ ਹੋ ਦੋਸਤ ਤੁਮ ਹੈ ਕਾਇਲ ਨਹੀਂ ਹੈ ਗੋ ਦੋਸਤ ਤੁਮ ਰਾਮਾਇਣ ਜੈ ਜੈ ਲਿਖੀ ਹੈ ਕਿ ਜਬ ਇਹਨੇ ਮੋਹਿਨੀ ਰੂਪ ਧਰੋ ਤੋ
बामा देखो तेना समर्थ कौन दो साई सुरमुन फावक की नहीं।